ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ਾ ਦੀਆਂ ਨੇ, ਜਿੱਥੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਟੋਲ ਪਲਾਜ਼ਾ ਤੇ ਤੈਨਾਤ ਮਹਿਲਾ ਅਤੇ ਦੂਜੇ ਕਰਮੀਆਂ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਟੋਲ ਪਲਾਜ਼ਾ ਦੀ ਭੰਨਤੋੜ ਵੀ ਕੀਤੀ, ਜਿਸ ਤੋਂ ਬਾਅਦ ਟੋਲ ਕਰਮੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਕਿ ਇਹ ਪੂਰੀ ਘਟਨਾ ਟੋਲ ਪਰਚੀ ਨੂੰ ਲੈ ਕੇ ਹੋਈ, ਜਿਸ ਨੂੰ ਲੈ ਕੇ ਹੋਈ ਬਹਿਸਬਾਜ਼ੀ ਨੇ ਇਸ ਘਟਨਾ ਦਾ ਰੂਪ ਧਾਰ ਲਿਆ ਅਤੇ ਉਕਤ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਟੋਲ ਕਰਮੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਪੰਜ ਕਾਫੀ 40-50 ਮੁੰਡੇ ਹੈਗੇ ਸੀ, ਇਧਰਲੀ ਸਾਈਡ ਤੋਂ ਆਏ, ਸਾਹਮਣੇ ਵਾਲੀ ਸਾਈਡ ਤੋਂ, ਸੇਰੋਂ ਵਾਲੀ ਸਾਈਡ ਤੋਂ, ਤੇ ਉਹਨਾਂ ਨੇ ਆ ਕੇ ਤੇ ਸਾਰਿਆਂ ਨੂੰ ਮਤਲਬ ਇਸ ਤਰ੍ਹਾਂ ਮਾਰਨਾ ਤੋੜਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਲੜਕੀ ਨੂੰ ਵੀ ਕਾਫੀ ਮਾਰਿਆ ਤੇ ਇਸ ਤਰ੍ਹਾਂ ਉਹਨਾਂ ਦੇ ਕਾਫੀ ਹੱਥ ਵਿੱਚ ਤੇਜ਼ ਮਤਲਬ ਹਥਿਆਰ ਹੈਗੇ ਸੀ ਤੇ ਸਾਰਿਆਂ ਨੂੰ ਉਹਨਾਂ ਸੱਟਾਂ ਸੁੱਟਾਂ ਲਾਈਆਂ ਤੇ ਕਾਫੀ ਤੋੜ ਭੰਨ ਕੀਤੀ ਹੋਈ ਹੈ। ਹਾਂਜੀ ਹਾਂਜੀ ਪੈਸੇ ਵੀ ਸਰ ਅਸੀਂ ਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਮਾਰਕੋਟ ਵਿੱਚ ਥੱਲੇ ਚਲੇ ਗਏ, ਕੈਸ਼ ਵੀ ਲੈ ਕੇ ਗਏ ਹੋਣਗੇ ਸ਼ਾਇਦ, ਪਤਾ ਨਹੀਂ ਇਸ ਗੱਲ ਦਾ ਕੁਛ ਕਹਿ ਨਹੀਂ ਸਕਦੇ। ਸਰ ਸਵੇਰੇ ਉਹ ਗੱਡੀ ਆਈ ਸੀ, ਉਹਨਾਂ ਕਿਹਾ ਸੀ ਕਿ ਚੇਅਰਮੈਨ ਆ, ਠੀਕ ਹੈ ਜੀ, ਬਾਅਦ ਜੀ ਉਹਨਾਂ ਇਹ ਮੁੰਡਿਆਂ ਨਾਲ ਝਗੜੇ ਝੁਗੜੇ ਆਪਸੀ ਸੀ, ਹੁਣ ਆਉਂਦੇ ਸਰ ਉਹ ਗੱਲ ਹੋਇਆ ਸਾਡੀ, ਠੀਕ ਹੈ ਜੀ, ਨਾਲੇ ਉਹਨਾਂ ਬੂਥ ਭੰਨੇ ਆ, ਨਾਲੇ ਸਰ ਮੇਰੇ 'ਤੇ ਮੇਰੇ ਸੱਟਾਂ ਲਾਈਆਂ ਉਹਨਾਂ। ਕਿੰਨੇ ਕੁ ਬੰਦੇ ਸੀ ਉਹ? ਬੰਦੇ ਸਰ ਹੈਗੇ ਸੀ ਉਹ 20-25 ਬੰਦੇ ਸੀ। ਕੀ ਹੱਥ ਹੈ ਜੀ ਉਹਨਾਂ ਦੇ? ਹੱਥ ਸੀ ਦਾਤਰ ਸੀ ਸਰ, ਬੇਸਬਾਲ ਸੀ। ਅਤੇ ਕਿੰਨਾ ਹੀ ਦਿਨ ਲਾਇਆ ਉਹਨਾਂ ਨੇ? ਹਾਂਜੀ ਉਹਨਾਂ ਸਰ 15-20 ਮਿੰਟ ਪੂਰੀ ਗੁੰਡਾਗਰਦੀ ਕੀਤੀ। ਹਾਂਜੀ ਹਾਂਜੀ ਪੂਰੀ। ਰਾਹੁਲ ਗਾਂਧੀ ਰੈਲੀ ਜਾ ਰਹੀ ਸੀਗੀ, ਉਹਦੇ ਦੌਰਾਨ ਇੱਕ ਸਪੈਸ਼ਲ ਲਾਈਨ ਚਲਾਈ ਹੋਈ ਸੀ ਵੀ ਰੈਲੀ ਦੀਆਂ ਗੱਡੀਆਂ ਨਿਕਲਦੀਆਂ ਜਾਣ, ਉਹਦੇ ਦੌਰਾਨ ਇੱਕ ਜਿੰਨ ਗੱਡੀ ਆਈ ਹੈ ਲਾਈਨ ਦੇ ਵਿੱਚ, ਤਾਂ ਜਿੰਨ ਗੱਡੀ ਨੂੰ ਉਹਨਾਂ ਨੇ ਪਰਸਨਲ ਗੱਡੀ ਸੀਗੀ ਤੋਂ ਆਉਂਦੇ ਵੀ ਅਸੀਂ ਰੈਲੀ 'ਤੇ ਅਸੀਂ ਨਹੀਂ ਸੀ ਜਾ ਰਹੇ ਹੋ, ਅਤੇ ਉਹਨਾਂ ਨੂੰ ਲਾਈਨ 'ਚ ਪੈਸੇ ਦੇਣ ਲਈ ਕਿਹਾ, ਉਹ ਕਹਿੰਦਾ ਜੀ ਮੈਂ ਚੇਅਰਮੈਨ ਹਾਂ ਅਤੇ ਮੈਂ ਇੱਥੇ ਲਾਗੇ ਚੱਲਿਆ ਵਾਂ, ਅਤੇ ਸਿਰੋਂ ਪਿੰਡ ਦੱਸਿਆ ਉਹਨੇ ਲਾਗੇ, ਵੈਸੇ ਦੋਵਾਂ ਜਣਿਆਂ ਨੇ ਹੈ ਸਿਰੋਂ ਦੇ ਕਿ ਨਹੀਂ ਇਹ ਨਹੀਂ ਪਤਾ, ਸਿਰੋਂ ਦੱਸਿਆ ਸੀਗਾ, ਅਤੇ ਉਹਨਾਂ ਨੂੰ ਮੁੜ ਕੇ ਟਿਕਟ ਕਟਾਉਣ ਲਈ ਕਿਹਾ ਤਾਂ ਉਹਨਾਂ ਗਾਲਾਂ ਗੂਲਾਂ ਕੱਢੀਆਂ, ਅੱਗੇ ਬੈਰੀਅਰ ਅੱਗੇ ਪਿੱਛੇ ਕੀਤਾ, ਅਤੇ ਇਹਨਾਂ ਦੇ ਵਿੱਚ ਥੋੜ੍ਹੀ ਹੱਥੋਂ ਪਾਈ ਵੀ ਹੋਈ ਉਸ ਦੌਰਾਨ ਵੀ ਲੜੇ, ਉਦੋਂ ਇਹ ਕਹਿ ਕੇ ਗਏ ਸੀ ਅਸੀਂ ਆਵਾਂਗੇ, ਪਰ ਅਸੀਂ ਕਿਹਾ ਟੋਲ ਪਲਾਜ਼ਾ 'ਤੇ ਇਹੋ ਜਿਹੀ ਨਿੱਕੀ ਮੋਟੀ ਗੱਲ ਹੁੰਦੀ ਰਹਿੰਦੀ, ਇਗਨੋਰ ਕਰ ਲਿਆ। ਇਹ ਹੁਣ ਆਹ ਥੋੜ੍ਹਾ ਟਾਈਮ ਹੀ ਪਹਿਲਾਂ ਕੋਈ 15-18-20 ਜਣੇ ਹੈਗੇ ਆ, ਕਾਫੀ ਗੱਡੀਆਂ ਸੀ, 3-4 ਗੱਡੀਆਂ ਅਸੀਂ ਤਾਂ CCTV 'ਚ ਦੇਖ ਰਹੇ ਹਾਂ, ਇਹ ਆਏ ਆ ਸਿੱਧੇ ਦਾਤਰ ਇਹਨਾਂ ਦੇ ਕੋਲ, ਡਾਂਗਾਂ ਡੂੰਗਾਂ ਨੇ ਆਉਂਦਿਆਂ ਸਾਰ ਤੋੜ ਫੋੜ ਕਰਨੀ ਸ਼ੁਰੂ ਕਰਤੀ, ਜਿਹੜਾ ਬਾਹਰ ਮਿਲਿਆ ਉਹਦੇ ਮਾਰਤਾ, ਅਤੇ ਡਰਦੇ ਜਿਹੜੇ ਸ਼ੀਸ਼ੇ ਤੋੜੇ ਆ, ਕੁੜੀਆਂ ਸਾਰਾ ਕੈਸ਼ ਛੱਡ ਕੇ ਥੱਲੇ ਚੱਲ ਗਈਆਂ, ਅੰਦਰ ਵੜ ਵੜ ਕੇ ਤੋੜਦੇ ਰਹੇ, ਹੁਣ ਇਹ ਨਹੀਂ ਪਤਾ ਵੀ ਕੀ ਹੋਇਆ ਵਾ, ਲੋਸ ਕੀ ਹੋਇਆ ਵਾ, ਕੈਸ਼ ਕਿੰਨਾ ਲੋਸ ਆ, ਇਹ ਤਾਂ ਸ਼ਾਮਾਂ ਨੂੰ ਕੈਸ਼ਅਪ ਹੋਏਗਾ ਤਾਂ ਪਤਾ ਚੱਲੇਗਾ ਵੀ ਕੈਸ਼ ਕਿੰਨਾ ਲੋਸ ਹੋਇਆ, ਬਾਕੀ ਟੁੱਟ ਭੱਜ ਜਿਹੜੀ ਹੋਈ ਉਹ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ, ਉਹ ਹੈਗੀ ਹੈ। ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਤੁਸੀਂ ਅਜੇ ਮੌਕਾ ਵੇਖਿਆ ਕੀ ਬਾਕੀ ਮੌਕਾ ਹੈਗਾ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਸਰ ਸਿਰੇ ਤੋਂ ਲੰਘੇ ਨਾ ਜਾਂਦਿਆਂ ਵੀ ਇਹਨਾਂ ਦਾ ਮਾੜਾ ਮੋੜਾ ਹੋਇਆ, ਝਗੜਾ ਹੋਇਆ ਸੀ, ਉਦੋਂ ਤਾਂ ਅਸੀਂ ਉਹਨਾਂ ਸੰਘਾਤ ਆ, ਜਦੋਂ ਵਾਪਸ ਆਏ ਨਾ ਵਾਹਵਾ ਕਾਫੀ ਗੱਡੀਆਂ ਇਕੱਠੀਆਂ ਹੋ ਗਈਆਂ, ਉਹ ਉੱਥੇ ਗੱਡੀਆਂ ਡੱਕ ਕੇ ਆਏ, ਉਹਦੇ ਉਹ ਮੁੰਡਾ ਕਿੱਥੇ ਜਿਹਨੇ ਪੱਗ ਲਾਈ ਆ, ਅਸੀਂ ਉਹ ਮੁੰਡੇ ਨੂੰ ਅੰਦਰ ਵਾੜਤਾ, ਅਸੀਂ ਮੁੜ ਕੇ ਤਾਂ ਗੇਟ 'ਤੇ ਖੜ ਕੇ ਅੰਦਰ ਨਹੀਂ ਵੜ ਦਿੱਤਾ, ਅਤੇ ਉਹ ਮੁੜ ਕੇ ਉੱਧਰ ਲੱਭਦੇ ਰਹੇ ਜਾਣ ਲੱਗਿਆ ਭੰਨ ਤੋੜ ਕੇ ਕਰਕੇ, ਬਹੁਤ ਗਲਤ ਗਲਤ ਕਰਦਾ। ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਜੋ ਆਪਣੇ ਸੁਝਾਅ ਆਉਂਦੇ ਆ ਜੋ ਬਣਦੀ ਕਾਰਵਾਈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਹੋਈ ਇਸ ਤਰ੍ਹਾਂ ਦੀ ਘਟਨਾ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਪੂਰੇ ਮਾਮਲੇ 'ਤੇ ਕੀ ਕਾਰਵਾਈ ਕਰਦਾ ਹੈ। ਤਰਨ ਤਾਰਨ ਤੋਂ ਜਸਵੀਰ ਲੱਡੂ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।
ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।